ਜਿੰਨੇ ਚ ਕੰਮ ਕੀਤਾ ਲੱਖਾਂ ਸਿੰਘ ਸਰਾਣਾ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਜਿਹੜੇ ਪੰਜਾਬ ਦੀ ਆਵਾਜ਼ ਆ ਉਹ ਤੁਹਾਡੇ ਨਾਲ ਪਾ ਰੱਖਣਗੇ ਉਹਨਾਂ ਦੇ ਬੋਲਣ ਤੋਂ ਪਹਿਲਾਂ ਜਗਾਰਾ ਲਾਈਏ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ ਆਪਾਂ 18 ਜੂਨ ਤੋਂ ਤੁਪਿਆ ਸਮੁੱਚੀ ਸਾਡੀ ਟੀਮ ਮੋਰਚਾ ਕਾਲੇ ਪਾਣੀਆਂ ਦਾ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਪੂਰੇ ਪੰਜਾਬ 'ਚ ਘੁੰਮੀ ਆ ਅੱਜ ਤੁਹਾਡਾ ਇੱਕ ਇੱਕ ਕਦਮ ਜੋ ਤੁਸੀਂ ਚੱਲ ਕੇ ਅੱਜ ਲੁਧਿਆਣੇ ਆਏ ਆ ਸਿਰ ਮੱਥੇ ਆ ਪਰ ਮੈਂ ਬੇਨਤੀ ਕਰਦਾ ਕਿ ਇੱਥੇ ਜਿੰਨੇ ਵੀ ਤੁਸੀਂ ਇਨਸਾਨ ਆਏ ਹੋ ਇਹ ਤੁਸੀਂ ਪੂਰੇ ਪੰਜਾਬ ਨੂੰ ਬਚਾਉਣ ਲਈ ਆਏ ਹੋ ਕਿਉਂਕਿ ਜਿਹੜੇ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਆ ਜਿਸ ਤਰ੍ਹਾਂ ਦੇ ਨਾਲ ਮੈਂ ਦੱਖਣੀ ਮਾਲਵੇ ਦੇ ਪਿੰਡਾਂ 'ਚ ਗਿਆ ਲੁਧਿਆਣੇ ਤੋਂ ਲੈ ਕੇ ਫਿਰੋਜ਼ਪੁਰ ਮੋਗਾ ਮੁਕਤਸਰ ਫਰੀਦਕੋਟ ਬਹੋਰ ਫਾਜ਼ਿਲਕਾ ਪਿੰਡਾਂ ਦੇ ਵਿੱਚ ਇੰਨੇ ਮਾੜੇ ਹਾਲਾਤ ਹੈ 70-80 ਫੀਸਦੀ ਲੋਕਾਂ ਨੂੰ ਕਾਲਾ ਪੀਲੀਆ ਦੇ ਕੈਂਸਰ ਹੋ ਚੁੱਕਿਆ ਜਵਾਕਾਂ ਨੂੰ ਭਿਆਨਕ ਤੋਂ ਭਿਆਨਕ ਬਿਮਾਰੀਆਂ ਲੱਗ ਚੁੱਕੀਆਂ ਨੇ ਆਪਾਂ ਬਹੁਤ ਦੇਰ ਬਾਅਦ ਉੱਠੇ ਆ ਇਹ ਗੰਦ ਇਹ ਜ਼ਹਿਰ ਲਗਾਤਾਰ 40 ਸਾਲ ਤੋਂ ਪਾਇਆ ਜਾ ਰਿਹਾ ਜੋ ਇਹਨਾਂ ਨੇ ਬੁੱਢੇ ਦਰਿਆ ਰਾਹੀਂ ਬੁੱਢਾ ਨਾਲਾ ਬਣਾ ਕੇ ਆ ਸਾਰਾ ਸਤਲੁਜ ਜ਼ਹਿਰ ਬਣਾਤਾ ਕੱਲ ਇਹਨਾਂ ਦਾ ਇੱਥੇ MLA ਆ ਕੇ ਡਰਾਮੇ ਕਰ ਰਿਹਾ ਕਿ ਮੈਂ ਜੀ ਨੀਂਹ ਪੱਥਰ ਪੱਟਦਾ ਜੀ ਮੇਰੀ ਸਰਕਾਰ ਸੁਣਦੀ ਨੀ ਜੀ ਮੇਰਾ ਪ੍ਰਸ਼ਾਸਨ ਸੁਣਦਾ ਨੀਂਹ ਪੱਥਰ ਪੱਟਣ ਨਾਲ ਹੱਲ ਨੀ ਹੋਣਾ ਪੱਟਣੀਆਂ ਉਹ ਡਾਇੰਗ ਫੈਕਟਰੀਆਂ ਦੀਆਂ ਪਾਈਪਾਂ ਪੱਟੋ ਉਹ ਬੋਰ ਬੰਦ ਕਰੋ ਜੇ ਧਰਤੀ ਇਹਦਾ ਯਾਰ ਪਾ ਰਿਹਾ ਉਹ ਬੁੱਢੇ ਦਰਿਆ ਚ ਪੈਂਦੀਆਂ ਯਾਰਾਂ ਬੰਦ ਕਰੋ ਉਹ ਹਜ਼ਾਰਾਂ ਫੈਕਟਰੀਆਂ ਜਿੰਨਾ ਦਾ ਗੰਦ ਲਗਾਤਾਰ ਇੱਥੇ ਪੈ ਰਿਹਾ ਯੂਰੇਨੀਅਮ ਪੈ ਰਿਹਾ ਕੈਮੀਕਲ ਪੈ ਰਿਹਾ ਉਹ ਹਜ਼ਾਰਾਂ ਇੱਥੇ ਡੈਰੀਆਂ ਜਿਨ੍ਹਾਂ ਦੇ ਪਸ਼ੂਆਂ ਦਾ ਗੋਹਾ ਪਿਸ਼ਾਬ ਸਤਲੁਜ ਜਾ ਰਿਹਾ ਉਹ ਇੱਥੇ ਲੱਖਾਂ ਦੀ ਆਬਾਦੀ ਲੁਧਿਆਣੇ ਦੀ ਉਹਨਾਂ ਦਾ ਜਿੰਨਾ ਸੀਵਰੇਜ ਦਾ ਪਾਣੀ ਆ ਸਾਰਾ ਸਤਲੁਜ ਪੈ ਰਿਹਾ ਉਹ ਇੱਥੇ ਹਜ਼ਾਰਾਂ ਹਸਪਤਾਲ ਜਿਨ੍ਹਾਂ 'ਚ ਹਜ਼ਾਰਾਂ ਮਰੀਜ਼ ਰੋਜ਼ ਆਉਂਦੇ ਆ ਪਤਾ ਨੀ ਕਿਹੜੀ ਕਿਹੜੀ ਬਿਮਾਰੀਆਂ ਫਰੀ ਜਾਂਦਾ ਸਾਰੀ ਗੰਦਗੀ ਸਤਲੁਜ ਪੈ ਰਹੀ ਹੈ ਭਰਾਵੋ ਇਸ ਕਰਕੇ ਅੱਜ ਜਿਹੜਾ ਇਕੱਠ ਹੋਇਆ ਇਹ ਇਕੱਠ ਸਾਡਾ ਇੱਥੇ ਇੱਕ ਸੁਨੇਹਾ ਦੇਊਗਾ ਕਿ ਜੇ ਇਹ 15 ਸਤੰਬਰ ਤੱਕ ਯਾਰਾਂ ਬੰਦ ਨਹੀਂ ਕਰਦੇ ਤਾਂ 15 ਸਤੰਬਰ ਤੋਂ ਬਾਅਦ ਜਾਂ 15 ਸਤੰਬਰ ਵਾਲੇ ਦਿਨ ਕੋਈ ਵੀ ਮੀਟਿੰਗ ਕਰਕੇ ਆਪਾਂ ਇੱਕ ਤਰੀਕ ਦਾ ਐਲਾਨ ਕਰ ਦੇਣਾ ਵੀ ਅਸੀਂ ਚਾਹੇ ਫੈਕਟਰੀਆਂ ਬੰਦ ਕਰਕੇ ਚਾਹੇ ਬੁੱਢੇ ਦਰਿਆਜ ਬੰਦ ਮਾਰ ਗਏ ਜੋ ਵੀ ਕਰਨਾ ਉਹ ਕਰਨਾ ਹੀ ਪੈਣਾ ਤੇ ਉਹਦੇ ਜਿਹੜੇ ਤੁਹਾਨੂੰ ਸੁਨੇਹਾ ਦਿੱਤਾ ਜਾਊਗਾ ਭਾਵੇਂ ਉਹਦੇ ਪੰਜਾਬ ਦੇ ਵਿੱਚੋਂ ਜੇ ਤੁਸੀਂ ਅੱਜ ਕੋਨੇ ਕੋਨੇ ਚੋਂ ਆਏ ਆ ਆਪਣੀਆਂ ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਮਿੱਟੀਆਂ ਭਰ ਕੇ ਗੱਟੇ ਲੈ ਕੇ ਭਰ ਕੇ ਮਿੱਟੀ ਦੇ ਨਾਲ ਜੇਸੀਆਂ ਲੈ ਕੇ ਕੰਘਾਂ ਪੱਥਰ ਲੈ ਕੇ ਇੱਥੇ ਪਹੁੰਚ ਜਾਓ ਤੇ ਪੈਰ ਜੁੱਤੀ ਨਾ ਪਾਇਓ ਜੇ ਆਪਾਂ ਇਹਨੂੰ ਦੇਖੀਏ ਵੀ ਕੋਈ ਹੋਰ ਉੱਠ ਕੇ ਦਰਿਆਵਾਂ ਨੂੰ ਇਹਨਾਂ ਬੁੱਢੇ ਦਰਿਆਵਾਂ ਨੂੰ ਬੁੱਢੇ ਨਾਲੇ ਨੂੰ ਬੰਬ ਮਾਰੂਗਾ ਤਾਂ ਅਸੀਂ ਘਰਾਂ 'ਚ ਬੈਠੀ ਭਰਾਵੋ ਮੌਤ ਨੂੰ ਗੱਲ ਲਾਵਾਂਗੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਆਹ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਦੇ ਸਾਡੇ ਨਾਲ ਖੜ ਕੇ ਆ ਬਾਈ ਮਨੋਜ ਕਿਹੜਾ ਸਾਰੀ ਸਾਡੀ ਟੀਮ ਖੜੀ ਹੈ ਐਸੇ ਬੁੱਢੇ ਦਰਿਆ ਤੇ ਪੰਜਾਬ ਦਾ ਮੁੱਖ ਮੰਤਰੀ ਆਹ ਪੰਜਾਬ ਦਾ ਸਪੀਕਰ ਕਰਤਾਰ ਸਿੰਘ ਸੰਧਵਾਂ ਇੱਥੇ ਵੀਰੇ ਪੜੇ ਹੋਏ ਸੀਗੇ ਕਿ ਆਹ ਦੇਖੋ ਜੀ ਯਾਰ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਆਹ ਪੰਜਾਬ ਦਾ ਮੁੱਖ ਮੰਤਰੀ ਜੀ ਨਾਲ ਚੁੱਪ ਕਰਿਆ ਬੈਠਾ
ਕਦੇ ਬੋਲਦਾ ਹੁੰਦਾ ਸੀ ਕਿ ਧਰਤੀ ਹੇਠਾਂ ਜਹਿਰਾਂ ਪਾਈਆਂ ਜਾ ਰਹੀਆਂ, ਬੋਲ ਕਰਕੇ ਫੈਕਟਰੀਆਂ ਜਹਿਰਾਂ ਪਾ ਰਹੀਆਂ ਨੇ। ਇਹਦਾ ਲੋਕਾਂ ਦਾ ਏਕਾ ਸੀ, ਲੋਕਾਂ ਦੀ ਤਾਕਤ ਸੀਗੀ ਕਿ ਜੀਰਾ ਫੈਕਟਰੀ ਤੁਸੀਂ ਬੰਦ ਕਰਾਤੀ, ਆਹ ਮੱਤੇ ਵਾਲਾ ਜੰਗਲ ਤੁਸੀਂ ਬਚਾ ਲਿਆ, ਲੋਕਾਂ ਦੀ ਤਾਕਤ ਨੇ। ਇਹ ਭਰਾਓ, ਇਹ ਜਦੋਂ ਨਹੀਂ ਬਣਿਆ ਸੀਗਾ ਉਦੋਂ ਇਹਦੀਆਂ ਗੱਲਾਂ ਹੋਰ ਸੀ, ਅੱਜ ਇਹਦੀਆਂ ਗੱਲਾਂ ਹੋਰ ਹੈ। ਮੈਂ ਇਹਨੂੰ ਪੰਜਾਬ ਦਾ ਨੀਰੋ ਮੰਨਦਾ, ਨੀਰੋ। ਉਹ ਕਹਿੰਦੇ ਰੋਮ ਦਾ ਰਾਜਾ ਹੋਇਆ ਨੀਰੋ, ਰੋਮ ਸਰਦਾ ਸੀ, ਬਲਦਾ ਸੀ, ਮੱਚ ਰਿਹਾ ਸੀ, ਮਰ ਰਿਹਾ ਸੀ, ਤੇ ਰੋਮ ਸੰਗੀਤ ਦੇ ਨਜ਼ਾਰੇ ਲੈਂਦਾ ਸੀ, ਬੰਸਰੀ ਵਜਾ ਰਿਹਾ ਸੀ। ਅੱਜ ਪੰਜਾਬ ਸਰਦਾ ਬਣਦਾ, ਰੋਜ਼ ਦਰਜਨਾ ਮੁੰਡੇ ਚਿੱਟੇ ਨਾਲ ਮਰ ਰਹੇ, ਟੀਕੇ ਲਾ ਕੇ ਮਰ ਰਹੇ ਆ, ਰੋਜ਼ ਗੋਲੀਆਂ ਚੱਲਦੀਆਂ। ਕੱਲ NRI ਦੇ ਘਰੇ ਆ ਕੇ ਗੋਲੀਆਂ ਮਾਰ ਗਏ, ਆਹ 500 ਮਾਨਸਾ ਦੇ ਨੌਜਵਾਨ ਮੁੰਡਾ ਮਾਰਤਾ, ਰੋਜ਼ ਗੋਲੀਆਂ ਮਾਰ ਕੇ ਸਾਡੇ ਨੌਜਵਾਨ ਰਹੇ ਮੌਤ ਦੇ ਘਾਤਾਰਾਂ ਜਾ ਰਿਹਾ। ਰੋਜ਼ ਪੰਜਾਬ ਦੇ ਹਜ਼ਾਰਾਂ ਮੁੰਡੇ ਕੁੜੀਆਂ ਬਾਹਰਾਂ ਨੂੰ ਭੱਜ ਰਹੇ, ਪੰਜਾਬ ਖਾਲੀ ਹੋ ਰਿਹਾ, ਪ੍ਰਵਾਸ ਹੋ ਰਿਹਾ। ਇੱਥੇ ਪਾਣੀਆਂ ਦੇ ਵਿੱਚ ਜਿਹੜਾ ਪਾਕਿਸਤਾਨ ਨੂੰ ਮਾਰਿਆ ਜਾ ਰਿਹਾ, ਸਾਡੀ ਕਿਸਾਨੀ ਨੂੰ ਮਾਰਿਆ ਜਾ ਰਿਹਾ, ਸਾਡੇ ਮਜ਼ਦੂਰਾਂ ਨੂੰ ਮਾਰਿਆ ਜਾ ਰਿਹਾ, ਇਹ ਪੰਜਾਬ ਦਾ ਵੀਰੋ, ਇਹ ਚੁਰਚੁਰੇ ਥਰਾਂ ਚ ਖੂਫ ਹੈ, ਇਹ ਕਹਾਣੀਆਂ ਸੁਣਾ ਰਿਹਾ, ਇਹ ਗੱਪ ਰੋੜ ਰਿਹਾ, ਇਹ ਲੋਕਾਂ ਨੂੰ ਇਹ ਡੰਗਾ ਪਾ ਰਿਹਾ ਕਿ ਮੈਂ ਚਾਰ ਗਾਲਾਂ ਬਾਦਲਾਂ ਨੂੰ ਕੱਢ ਦਿੰਦਾ, ਮੈਂ ਚਾਰ ਗੋਲਾਂ ਕਾਂਸੀ ਨੂੰ ਕੱਢ ਦਿੰਦਾ, ਲੋਕ ਆਉਂਦੇ ਪੱਲੇ ਪੱਲੇ ਬਹੁਤ ਘੈਂਟ ਪੈਂਦਾ। ਤੂੰ 3 ਸਾਲ ਦੇ ਵਿੱਚ ਕੀ ਕੀਤਾ ਸਦਾਵੇ ਹੈ, ਇਹਦਾ ਬੈਕਗ੍ਰਾਉਂਡ ਸੀ ਲੋਕਾਂ ਨੂੰ ਲਿੰਦੀ ਚ ਲਿਆ ਕੇ, ਤੈਨੂੰ ਬੰਦਵੇ ਬੰਦੇ ਉੱਤੇ ਤੂੰ ਕੀ ਕੀਤਾ ਸਦਾਵੇ ਪੈਦਾ ਹੁੰਦਾ। ਪਰ ਅੱਜ ਵੀ ਪੰਜਾਬ ਦੇ ਲੋਕਾਂ ਸਮਝਣ ਦੀ ਲੋੜ ਹੈ। ਮੈਂ ਅੱਜ ਤੁਹਾਨੂੰ ਲੁਧਿਆਣੇ ਖੜ ਕੇ ਕਹਿਣਾ ਚਾਹੁੰਦਾ, ਇਹ ਪੰਜਾਬ ਦਾ ਸਭ ਤੋਂ ਮਾੜਾ ਘਟੀਆ ਦਾ ਨਿਖਿਤ ਬੰਦਾ ਸਾਹਿਬ ਤੂੰਗਾ, ਮੇਰੀ ਗੱਲ ਚੇਤੇ ਰੱਖਿਓ, ਕਿਉਂਕਿ ਬੰਦਾ ਇਹੋ ਜਿਹਾ ਨੂੰ ਇਹ ਜਿਵੇਂ ਬੜੀ ਕੁਰਸੀ ਸਲਾਮਤ ਰਹਿਣੀ ਚਾਹੀਦੀ ਹੈ, ਇਹ ਸਾਰੇ ਹੀ ਇਹੋ ਜਿਹੇ ਹੁੰਦੇ ਆ ਜਿਹੜੇ ਇੱਕ ਵਾਰੀ ਕੁਰਸੀ ਤੇ ਬਹਿ ਜਾਂਦੇ ਆ, ਮੁੜ ਕੇ ਜਾ ਕੇ ਦਿੱਲੀ ਦੀਆਂ ਚੱਪਲਾਂ ਚੜਦੇ ਆ, ਜੁੱਤੀ ਕਰਦੇ ਜਾ ਕੇ, ਵੀ ਸਾਡੀ ਕੁਰਸੀ ਸਲਾਮਤ ਰਹਿ ਜੇ, ਪੰਜਾਬ ਨੂੰ ਜਿਵੇਂ ਮਰਜ਼ੀ ਅੱਗ ਲਾ ਕੇ ਮਾਰਨਾ ਮਚਾਉਣਾ ਮਚਾ ਦੇ, ਸਾਨੂੰ ਕੋਈ ਪਰਵਾਹ ਨਹੀਂ। ਇਹ ਲਾਂਟੀ ਲੋਕੋ, ਜੇ ਪੰਜਾਬ ਮਰ ਗਿਆ, ਲੋਕ ਮਰ ਗਏ, ਛੋਟੀਆਂ ਕੁਰਸੀਆਂ ਕਿਵੇਂ ਸਲਾਮਤ ਰਹਿਣਗੀਆਂ? ਸੋਚੋ ਲੋਕਾਂ ਕਰਕੇ ਤੁਸੀਂ ਚੁਣਿਆ। ਆਹ ਦੇਖੋ 15 ਅਗਸਤ ਨੂੰ ਜਿਹੜਾ ਉੱਥੇ ਬੁਲਟ ਪਰੂ ਸ਼ੀਸ਼ਾ ਲਾ ਕੇ ਭਾਸ਼ਣ ਦੇ ਰਿਹਾ, ਜਿਹੜਾ ਕਹਿੰਦਾ ਵੀ ਮੈਂ ਤਾਂ ਲੋਕਾਂ ਨੂੰ ਤਾਂ ਨਿਕਲ ਕੇ ਆਇਆ, ਮੈਂ ਸੱਥਾਂ ਜਾ ਕੇ ਬਾਬਿਆਂ ਤਾਸ਼ ਖੇਡਦਾ ਹੁੰਦਾ, ਅੱਜ ਇੰਨਾ ਫਿਰੇ ਖੜਾ ਹੋ ਗਿਆ, ਇੰਨਾ ਡਰ ਲੱਗਣ ਲੱਗ ਗਿਆ ਆਪਣੇ ਲੋਕਾਂ ਤੋਂ ਕਿ ਬੁਲਟ ਪਰੂ ਸ਼ੀਸ਼ੇ ਲਾ ਕੇ ਛੋਟੇ ਨੂੰ, ਛੋਟਾ ਯੂਨੀਵਰਸਿਟੀਆਂ ਨੂੰ, ਛੋਟੇ ਸਕੂਲਾਂ ਨੂੰ, ਜਿਹੜੀ ਨਿਊ ਐਜੂਕੇਸ਼ਨ ਪੋਲਿਸੀ ਦੇ ਤਹਿਤ ਸੈਂਟਰ ਦੇ ਹਵਾਲੇ ਕਰ ਰਿਹਾ, ਛੋਟੀ ਸਿੱਖਿਆ ਨੂੰ ਮਹਿੰਗੀ ਹੋ ਜਾਂਦੀ ਹੈ, ਵੀ ਗਰੀਬਾਂ ਦੇ ਦਸਤਾ ਰੋਕ ਨਹੀਂ ਲੈਣਾ ਇੱਥੇ, ਤੇ ਸੈਂਟਰ ਨੇ ਇੱਥੇ ਆਪਣੀ ਸਿੱਖਿਆ ਨੀਤੀ ਲਾਗੂ ਕਰਕੇ ਤੁਹਾਡਾ ਇਤਿਹਾਸ ਬਦਲਣਾ, ਤੁਹਾਡਾ ਸਾਹਿਤ ਦਸਤ ਬਦਲਣਾ, ਤੁਹਾਡਾ ਦਰਸਾ ਬਦਲਣਾ, ਉਹ ਆਪਣੇ ਹੀਰੇ ਬਣਾਉਣਗੇ, ਸਾਡਾ ਨੂੰ ਹੀਰੇ ਬਣਾਉਣਗੇ। ਇਹ ਲਗਾਤਾਰ ਠੇਕਾ ਬਣ ਕੇ ਸੈਂਟਰ ਦਾ ਪੰਜਾਬ ਨੂੰ ਫਰਾਵੇ ਮਾਰ ਰਿਹਾ, ਸਿੰਬਲ ਦੇ ਇਹਦੀ ਜ਼ਿੰਮੇਵਾਰੀ ਆ, ਇਹ 1 ਮਿੰਟ ਚ ਬੰਦ ਕਰਾ ਸਕਦਾ। ਇੱਥੇ ਟੀਮ ਆਈ ਸੀਗੀ, ਜਿੰਨਾ ਦੇ ਵਿੱਚ ਰਣਜੀਤ ਸਿੰਘ ਸੂਚੀਵਾਲ ਵੀ ਆਇਆ ਸੀਗਾ, 35 ਫੈਕਟਰੀਆਂ ਸੀ ਅਸੀਂ ਬੰਦ ਕਰਨਾ ਸੀ। ਅਸੀਂ ਪੁੱਛਣਾ ਚਾਹੁੰਦੇ ਹਾਂ ਉਸ ਟੀਮ ਨੂੰ, ਉਹ ਵਿਧਾਨ ਸਭਾ ਕਮੇਟੀ ਨੂੰ, ਉਹ ਰਣਜੀਤ ਸਿੰਘ ਸੂਚੀਵਾਲ ਨੂੰ, ਜਿਹੜਾ ਕਹਿੰਦਾ ਮੈਂ ਧਰਤੀ ਹਵਾ ਪਾਣੀ ਬਚਾਉਣੇ ਆ, ਵੀ ਭਾਈ ਸਾਹਿਬ ਕੁਰਸੀ ਬੋਲਦੇ ਹੀ ਧਰਤੀ ਹਵਾ ਪਾਣੀ ਭੁੱਲ ਗਏ, ਬੋਲਿਆ ਜਾ ਕੇ ਉੱਥੇ ਪਾਰਲੀਮੈਂਟ ਦੇ ਬਾਅਦ ਚੁੱਕੀ ਦੋ ਕਿਸੇ ਦੇ ਉੱਥੇ ਜਾ ਕੇ ਵੀ ਜਿਹੜਾ ਜਹਾਂ ਸਾਨੂੰ ਦੇ ਕੇ ਮਾਰਿਆ ਜਾ ਰਿਹਾ, ਬੁੱਢੇ ਡਰਿਆ ਰਹੇ ਲੋਕਾਂ, ਦੋ MP ਬੋਲੇ ਆ, ਆਹ ਰਾਜੇ ਬਲੰਗ ਵਰਗੇ ਫੈਕਟਰੀਆਂ ਦੇ ਹੱਥ ਚ ਬੋਲ ਕੇ ਆਏ ਆ,
ਇਹ ਕਹਿਣਗੇ ਜੀ ਜੇ ਫੈਕਟਰੀਆਂ ਲੱਗੀਆਂ ਵਿਕਾਸ ਨਹੀਂ ਹੋਣਾ, ਇਹ ਵਿਕਾਸ ਦੇ ਰਾਹ ਰੋੜਾ ਬਣਦੇ ਆ। ਇੱਕ ਪਾਸੇ ਜ਼ਿੰਦਗੀ ਹੈ, ਇੱਕ ਪਾਸੇ ਮੌਤ ਆ, ਕਿਹਨੂੰ ਚੁਣੋਗੇ? ਇੱਕ ਪਾਸੇ ਪੈਸਾ ਹੈ, ਇੱਕ ਪਾਸੇ ਜ਼ਿੰਦਗੀ ਹੈ, ਕਿਹਨੂੰ ਚੁਣੋਗੇ? ਜਾਂ ਜੇ ਜਾਨਾਂ ਦਾ ਜਹਾਨ ਹੈ, ਉਹ ਕਹਿੰਦਾ ਵੀ ਉਹ ਸੋਨੇ ਦਾ ਕੀ ਪਹਿਨਣਾ, ਭੱਠ ਪਿਆ ਉਹ ਸੋਨੇ ਦਾ ਕੰਨਾਂ ਨੂੰ ਖਾਵੇ। ਅਸੀਂ ਮਰ ਰਹੇ ਹਾਂ ਯਾਰਾਂ ਦੇ ਨਾਲ, ਤੇ ਇਹ ਕਹਿੰਦੇ ਫੈਕਟਰੀਆਂ ਲਾਵੇ ਜੀ। ਅੱਗੇ ਪੰਜਾਬ ਕਿੰਨੀਆਂ ਫੈਕਟਰੀਆਂ ਸੀ ਬਈ? ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਸਾਨੂੰ ਜੇ ਖੇਤੀ ਦੇ ਮੁੱਲ ਮਿਲ ਜਾਣ, ਸਾਡੀਆਂ ਫਸਲਾਂ ਦੇ ਮੁੱਲ ਮਿਲ ਜਾਣ, ਸਾਡਾ ਸਹੀ ਮੰਡੀਕਰਨ ਹੋ ਜਾਏ। ਸਾਡੇ ਆਹ ਬੈਠੇ ਕਿਸਾਨ ਕਈ ਮਹੀਨੇ ਹੋ ਗਏ ਸ਼ੰਭੂ ਦੇ ਖਨੂਰੀ ਦੇ ਉੱਤੇ ਡਾਂਗਾ ਮਾਰੀ ਜਾਂਦਾ, ਗੋਲੀਆਂ ਮਾਰ ਕੇ ਬੰਦੇ ਮਰ ਜਾਂਦੇ ਆ। ਆਹ ਦੋਸ਼ੀਆਂ ਹੋ ਰਹੀਆਂ ਸਾਡੇ ਲੋਕਾਂ ਦੀ, ਸੋ ਭਰਾਵੋ ਸੋਚਣ ਦੀ ਲੋੜ ਹੈ। ਉਹ ਘਰੇ ਚ ਬੈਠੀ ਸੀ ਗੱਲ ਬਣਨੀ, ਨਿਕਲਣਾ ਪੈਣਾ, ਤੁਰਨਾ ਪੈਣਾ। ਨਹੀਂ ਯਾਦ ਰੱਖਿਓ ਪਿੱਛੇ ਮੈਂ ਇੱਕ ਵੀਡੀਓ ਪਾਈ ਸੀਗੀ, 18 ਕਰੋੜ ਦਾ ਟੀਕਾ ਲੱਗਣਾ ਕਿ ਬੱਚੇ ਦੇ 18 ਕਰੋੜ ਦਾ, 8 ਮਹੀਨੇ ਦੀ ਉਮਰ ਆ ਜੀ, 18 ਕਰੋੜ ਦੇ ਟੀਕੇ ਕਿੱਥੋਂ ਲਵਾ ਲਓਗੇ? ਹਜ਼ਾਰਾਂ ਬਿਮਾਰੀਆਂ ਸਾਡੇ ਜਵਾਕਾਂ ਨੂੰ ਲੱਗ ਰਹੀਆਂ ਨੇ। ਸੋ ਘਰਾਂ ਦੇ ਵਿੱਚ ਬੈਠ ਕੇ ਮੌਤ ਨੂੰ ਡੀਕਣ ਨਾਲੋਂ ਚੰਗਾ ਉੱਠ ਕੇ ਸੜਕਾਂ ਤੇ ਆ ਕੇ ਜਿਹੜਾ ਬੰਦੇ ਦਿਨਾਂ ਨੂੰ ਫੰਨ ਮਾਰ ਗਏ, ਭਰਾਵੋ ਜਿੱਦੇ ਤੁਹਾਨੂੰ ਫੱਤਾਂ ਦੇਵਾਂਗੇ, ਉਹਦੇ ਪੈਰ ਜੁੱਤੀ ਨਾ ਪਾਓ, ਵੱਡੀ ਗਿਣਤੀ 'ਚ ਪਹੁੰਚੋ। ਤੇ ਇੱਕ ਮੇਰੀ ਬੇਨਤੀ ਹੋਰ ਆ ਸਾਰਿਆਂ ਨੂੰ, ਆਹ ਪਾਣੀ ਦਿਖਾਇਓ ਜੀ, ਆਹ ਦਿਖਾਇਓ, ਆਹ ਸਾਡੇ ਅੱਖਾਂ ਨੂੰ ਦੇਖਣਾ ਨੇ, ਆਹ ਉਹ ਪਾਣੀ ਹੈ ਜਾਂ ਤੁਸੀਂ ਲਗਾਤਾਰ ਪੀ ਰਹੇ ਹੋ ਮੇਰੇ 35-40 ਸਾਲ ਤੋਂ, ਪਤਾ ਨੀ ਕਿੰਨੇ ਤਰ੍ਹਾਂ ਦੇ ਕੈਮੀਕਲ ਗਲੇਰੀ ਹੋਣਾ ਤੇ ਕਿੰਨੇ ਤਰ੍ਹਾਂ ਦੀ ਜ਼ਹਿਰ ਆ ਪਾਣੀ ਦਾ ਭਰਾਵੋ। ਆ ਮੈਂ ਕਹਿੰਦਾ ਪਹਿਲਾਂ ਜਿਹੜੇ ਬੰਦੇ ਕਹਿੰਦੇ ਫੈਕਟਰੀਆਂ ਚਾਹੀਦੀਆਂ, ਆ ਪਾਣੀ ਦੇ ਵਿੱਚੋਂ ਇੱਕ ਬੂੰਦ ਭਰ ਲੈਣ, ਇੱਕ ਬੂੰਦ ਵੀ, ਇੱਕ ਬੂੰਦ ਆਪਣੀ ਜੀਭ ਤੇ ਰੱਖ ਲੈਣਾ, ਮੂੰਹ ਨਾਲ ਤੁਸੀਂ ਸਹੀ ਹੋ ਗਏ ਸੀ ਗਲਤ, ਆਹ ਪਾਣੀ ਪੀ ਰਹੇ ਹੋ ਤੁਸੀਂ। ਸੋ ਮੈਂ ਬੇਨਤੀ ਕਰਦਾ ਇੱਕ ਵਾਰੀ ਜਿੰਨੇ ਦੀ ਸੰਗਤ ਇੱਥੇ ਆਈ ਹੈ, ਆਪਾਂ ਸਾਰਿਆਂ ਨੇ ਇੱਥੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਕਜਾਉਣਾ, ਉੱਥੋਂ ਤੱਕ ਮਾਰਚ ਕਰਨਾ। ਜਿਹੜੀਆਂ ਗੱਡੀਆਂ ਨੇ ਉਹ ਕੰਨਾ ਕੰਨਾ ਬੰਦਾ ਮਗਰ ਗੱਡੀਆਂ ਦੇ ਵਿੱਚ ਆਈ ਜਾਊਗਾ, ਉਹ ਬਾਹਵੇ ਬੰਦੇ ਗੱਡੀਆਂ 'ਚ ਨਹੀਂ ਜਾਣੇ ਚਾਹੀਦੇ। ਸਾਰੇ ਬੰਦਿਆਂ ਨੇ ਆਪਾਂ ਤੁਰ ਕੇ ਪੈਦਲ ਮਾਰਚ ਕਰਨਾ, ਤੁਹਾਡੇ ਹੱਥਾਂ ਦੇ ਵਿੱਚ ਆ ਸਾਰੇ ਝੰਡੇ। ਮੈਂ ਬੇਨਤੀ ਕਰੂੰਗਾ ਵੀ ਹਰ ਖਾਤੇ ਵਿੱਚ ਝੰਡਾ ਹੋਣਾ ਚਾਹੀਦਾ। ਉਹ ਪਿੱਛੇ ਗੱਡੀ ਖੜੀ ਆ ਸਾਡੀ, ਬੱਸ ਖੜੀ ਆ ਪਿੱਛੇ, ਉਹਦੇ ਝੰਡੇ ਵੀ ਪਏ ਆ, ਡੰਡੇ ਵੀ ਪਏ ਆ, ਸਾਰਾ ਕੁਛ ਉੱਥੋਂ ਲੈ ਸਕਦੇ ਆ। ਕੋਈ ਬੰਦਾ ਬਿਨਾਂ ਝੰਡੇ ਤੋਂ ਨਾ ਹੋਵੇ ਤਾਂ ਆਪਾਂ ਤੁਰ ਕੇ ਭਾਈ ਬਾਲਾ ਜੀ ਚੌਂਕ ਤੱਕ ਜਾਣਾ। ਮੇਰਾ ਵੀਰ ਅਗਲੀ ਬੇਨਤੀ ਆ ਮੇਰੀ, ਅੱਜ ਆਏ ਹੋ ਅੱਜ ਵਾਪਸ ਨਾ ਮੁੜ ਕੇ ਜਾਇਓ, ਅੱਜ ਇੱਕ ਵਾਰੀ ਵਲੀਪੁਰ ਜਾ ਕੇ ਆਇਓ, ਅੱਜ ਨੇੜੇ ਆ ਵਲੀਪੁਰ, ਇੱਥੋਂ ਜਿੱਥੇ ਆ ਪਾਣੀ ਤੁਸੀਂ ਉੱਥੇ ਖੜ ਕੇ ਦੇਖਿਓ, ਅੱਜ ਹੀ ਤੁਹਾਨੂੰ ਸਾਫ਼ ਹੋ ਜਾਊਗਾ ਵੀ ਅਸੀਂ ਕਿਹੜੀਆਂ ਜਿਹੜਾ ਪੀ ਰਹੇ ਹਾਂ ਯਾਰ। ਉੱਥੇ 10 ਮਿੰਟ ਵੀ ਖੜਨਾ ਔਖਾ ਹੋ ਜਾਊਗਾ, ਜਾ ਕੇ ਜੂ ਆਇਓ ਉੱਥੇ, ਐਂ ਗੈਸਾਂ ਤੁਹਾਡੇ ਨੱਕ ਨੂੰ ਚੜ੍ਹਨਗੀਆਂ, ਤੁਹਾਡੇ ਸਾਹ ਦੀ ਚਮੜੀ ਮੱਚੂਗੀ। ਅੱਜ ਬੇਨਤੀ ਆ ਸਾਡੇ, ਜਦੋਂ ਹੀ ਆਪਣਾ ਉੱਥੇ ਚੌਂਕ ਦੇ ਵਿੱਚ ਮਾਰਚ ਆਪਣਾ ਸਮਾਪਤ ਹੋਣਾ, ਤਾਂ ਤੁਸੀਂ ਆਪੋ ਆਪਣੀਆਂ ਗੱਡੀਆਂ ਮਗਰ ਤੋਰੀਓ, ਕੱਲਾ ਕੱਲਾ ਡਰਾਈਵਰ ਬੈਠ ਕੇ ਸਾਰੇ ਆਪਾਂ ਮੂਹਰੇ ਤੁਰ ਕੇ ਜਾਣਾ। ਉਸ ਤੋਂ ਬਾਅਦ ਤੁਹਾਨੂੰ ਬੇਨਤੀ ਹੈ ਕਿ ਵਲੀਪੁਰ ਜਿੱਥੋਂ ਭਰਨੇ ਹੋ ਆਪਣੇ ਨਕਸ਼ੇ ਦੇ ਕਰ ਲਓ, ਤੁਸੀਂ ਵਲੀਪੁਰ ਤੋਂ ਜਿੱਥੋਂ ਬੁੱਢਾ ਦਰਿਆ ਸਤਲੁਜ ਮਿਲਦਾ ਉੱਥੇ ਕਰਕੇ ਜ਼ਰੂਰ ਦੇਖ ਕੇ ਜਾਇਓ ਯਾਰ। ਸੋ ਜਿਨ੍ਹਾਂ ਨੇ ਵੀ ਲੰਗਰ ਦੀ ਸੇਵਾ ਕੀਤੀ ਹੈ ਉਹਨਾਂ ਦਾ ਬਹੁਤ ਧੰਨਵਾਦ ਮੈਂ ਕਰਦਾ।
ਵੱਖ ਵੱਖ ਜ਼ਿਲ੍ਹਿਆਂ ਤੋਂ ਆਏ, ਮਾਨਸਾ ਤੋਂ, ਬਠਿੰਡੇ ਤੋਂ ਬਹੁਤ ਵੱਡੀ ਗਿਣਤੀ ਬੱਸਾਂ ਭਰ ਕੇ ਆਈਆਂ ਨੇ। ਹਾਂ ਬਣਾ ਦਿੰਦਾ ਜੀ, ਇਹ ਇਸ ਤਰ੍ਹਾਂ ਹੀ ਹੋਰ ਫਾਜ਼ਿਲਕਾ ਤੋਂ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਕਪੂਰਥਲਾ, ਜਲੰਧਰ, ਪਟਿਆਲਾ, ਲੁਧਿਆਣਾ, ਉਹ ਵੱਡੀ ਪੱਧਰ ਤੇ ਤੁਸੀਂ ਆਏ ਹੋ ਭਰਾਵੋ, ਤੁਹਾਡਾ ਧੰਨਵਾਦ ਆ ਕਿ ਤੁਸੀਂ ਗੱਲ ਨੂੰ ਸਮਝਿਆ। ਰਾਖੀ ਸਾਡੀ ਸਾਰਿਆਂ ਦੀ ਹੈ, ਉੱਠ ਕੇ ਮੇਰੇ ਫਿਰ ਲੜਾਈ ਲੜ ਗਏ। ਮਣੀਪੁਰ ਮੇਰੀ ਬੇਨਤੀ ਹੈ, ਲੜੀ ਇੱਕ ਮਿੰਟ ਧਿਆਨ ਨਾਲ ਨਾਰੇ ਲਾਵਾਂਗੇ, ਹੁਣ ਨਾਰੇ ਦੇ ਜਿਕਾਰੇ ਲਾਵਾਂਗੇ ਧਿਆਨ ਨਾਲ ਪੂਰੀ ਬੁਲੰਦਵਾਲ ਦੇ ਵਿੱਚ। ਆਪਾਂ ਇੱਧਰਲੇ ਪਾਸੇ ਤੁਰਨਾ, ਆਹ ਸੇਬ ਦੇ ਇੱਧਰੋਂ ਨਹੀਂ ਜਾਣਾ, ਸੱਜੇ ਹੱਥ ਆਪਾਂ ਤੁਰਾਂਗੇ, ਐਂ ਨਹੀਂ ਜਾਣਾ ਆਪਾਂ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਸਾਡੇ ਦਰਿਆਵਾਂ ਦੇ ਵਿੱਚ ਜਿਹੜਾ ਪਾਉਣ ਵਾਲੇ ਮੁਰਦਾਬਾਦ, ਸਾਡੇ ਦਰਿਆਵਾਂ ਦੇ ਵਿੱਚ ਡੈਂਗ ਫੈਕਟਰੀਆਂ ਦੇ ਮਾਲਕ ਜਿਹੜਾ ਪਾਉਣ ਵਾਲੇ ਮੁਰਦਾਬਾਦ, ਡੈਂਗਾਂ ਦੇ ਮਾਲਕ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਸਾਡੇ ਦਰਿਆਵਾਂ ਜਿਹੜਾ ਪਾਉਣੀਆਂ ਬੰਦ ਕਰੋ, ਸਾਡੇ ਦਰਿਆਵਾਂ ਜਿਹੜਾ ਪਾਉਣੀਆਂ ਬੰਦ ਕਰੋ, ਸਾਡੇ ਪੁੱਤਨਾ ਜਿਹੜਾ ਪਾਉਣੀਆਂ ਬੰਦ ਕਰੋ, ਸਾਡੇ ਪੁੱਤਨਾ ਜਿਹੜਾ ਪਾਉਣੀਆਂ ਬੰਦ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਮਸ ਦੇਵ ਦੇ ਬੇਪਰੇ ਜਿਨ੍ਹਾਂ ਨੇ ਬਾਈ ਜੀ ਨੇ ਲੰਗਰ ਦੀ ਸੇਵਾ ਕੀਤੀ ਹੈ, ਬੇਮਨ ਸੁਣ ਲਿਓ ਜੀ। ਇੱਕ ਇੱਧਰਲੇ ਪਾਸੇ ਸਟੇਜ ਤੇ ਆਪਾਂ ਚੱਲਾਂਗੇ, ਇੱਧਰਲੇ ਪਾਸੇ ਸਟੇਜ ਤੇ ਸੱਜੇ